ਨਹੀਂ ਜੇ ਘਰੋਂ ਹੀ ਪਾਟਾ ਪਾ ਗਿਆ ਤੇ ਤੂੰ ਹੱਥ ਚੁੱਕ, ਤੂੰ ਫਿਰ ਇੰਜ ਨਾ ਨਾ ਹੱਥ ਚੁੱਕ, ਤੂੰ ਇੰਜ ਚੁੱਕ ਫਿਰ ਇਹ ਲਓ ਜੀ ਇਹ ਮੈਂ ਬਦਮਾਸ਼ ਆ ਪੁੱਤਰ ਇਹਨੇ ਬਦਮਾਸ਼ ਬਣਨਾ ਇਹਦਾ ਤੇ ਹੋਰ ਮਹੀਨੇ ਨੂੰ ਸੱਪ ਬਣ ਜਾਣਾ ਇਹਨੇ, ਚਰਸ ਬਣ ਜਾਣੀ ਇਹਦੀ ਕਿਹੜਾ ਚਰਚੇ ਨੇ ਇਸ ਵੇਲੇ ਇਹ ਤੇ ਪਰਮਿਸ਼ਨ ਇਹਦੀ ਹੈ ਕਿ ਤੋਹਫਾ ਲੈ ਕੇ ਆਇਆ ਸਾਡੇ ਲਈ ਪਾਜੀ ਬੜਾ ਮਸਕੀਨ ਜਿਹਾ ਬੰਦਾ ਉਹ ਤੇ ਸ਼ਕਲੋਂ ਹੀ ਲੱਗ ਰਿਹਾ ਆਹੋ ਯਾਰ ਮੈਂ ਕੀ ਕਰਾਂ, ਮੈਂ ਜ਼ਕਾਤ ਦੇ ਬੈਠਾ ਦੋ ਤਿੰਨ ਸੂਟ ਹੈ ਨੇ ਫਰੀਅਰ ਉਹ ਭੈਣ ਤਿੰਨ ਵਾਰੀ ਤੁਸੀਂ ਉਹਨਾਂ ਨੂੰ ਕਹਿ ਦਿੱਤਾ ਹੈਗਾ ਕਿ ਉਹ ਮਸਕੀਨ ਨੇ, ਉਹ ਕਿਹੜਾ ਮੂੰਹ ਤੋਂ ਅੰਬਾਨੀ ਲੱਗਦੇ ਨੇ ਬੈਠੋ ਖੈਰ ਚੱਲੇ ਹੋ ਬੈਠੋ ਤੁਸੀਂ ਦੁਨੀਆਂ ਤੇ ਵੀ ਨੀ ਪੂਰੀ ਤਰ੍ਹਾਂ ਆਇਆ, ਤੁਹਾਨੂੰ ਕਿਸੇ ਨੇ ਦੱਸਿਆ ਨੀ ਗਾ ਕੀ ਇਹ ਮਸਲਾ ਕੀ ਇਹਦਾ ਯੂਸਫ ਗੱਲ ਹੈਗੀ ਬਿੱਲ ਲੈ ਕੇ ਆਇਆ ਸੀ ਮੇਰੇ ਕੋਲ ਬਾਬਾ ਜੀ ਦੋ ਟੋਕ ਗੱਲ ਕਰਨੀ ਹੈਗੀ ਉਸਤਾਦ ਦੇ ਨਾਲ ਇੱਧਰ ਉੱਧਰ ਦੀ ਨੀ ਗੱਲ ਕਰਨੀ ਉਹ ਨਹੀਂ ਆਪਣਾ ਜਿਗਰ ਜਾਨ ਹੈਗਾ ਬਾਬਾ ਤੇ ਮੈਂ ਹੁਣ ਸਿੱਧੀ ਗੱਲ ਕਰਾਂ ਫਿਰ ਇਹ ਸਾਡਾ 19-20 ਇਹੀ ਠੀਕ ਕਰਦਾ ਉਸਤਾਦ ਨੇ ਬਦਮਾਸ਼ੀ ਕਰਨੀ ਆ ਇਹਨੇ ਆਹੋ ਜੀ ਬਦਮਾਸ਼ੀ ਕਰਨੀ ਕਹਿੰਦਾ ਮੈਂ ਬਦਮਾਸ਼ ਬਣਨਾ ਦੇਖ ਲੋ ਹੁਣ ਸਾਡੇ ਕੋਲ ਸਾਡੇ ਨਾਲ ਚੇਜ਼ੇ ਕਰ ਰਿਹਾ ਯੂਸਫ ਪੁੱਤਰ ਇਹਨੇ ਬਦਮਾਸ਼ ਬਣਨਾ ਇਹਦਾ ਤੇ ਹੋਰ ਮਹੀਨੇ ਨੂੰ ਸੱਪ ਬਣ ਜਾਣਾ ਇਹਨੇ, ਚਰਸ ਬਣ ਜਾਣੀ ਇਹਦੀ ਬਦਮਾਸ਼ ਬੰਦੇ ਮਾਰਦੇ ਨੇ ਇਹ ਤੇ ਵਿਚਾਰਾ ਵੈਸੇ ਹੀ ਗੁਰਬਤ ਦੇ ਹੱਥੋਂ ਮਰਿਆ ਦੱਸ ਉਹ ਫਨੀਅਰ ਕੀ ਹੈ ਕੀ ਬਣਨਾ ਚਾਹੁੰਦੇ ਹੋ ਕੁਛ ਤੁਸੀਂ ਵੀ ਤੇ ਦੱਸੋ ਕੁਛ ਨਹੀਂ ਤੁਸੀਂ ਆਪਣੀ ਜ਼ਬਾਨੀ ਵੀ ਦੱਸੋ ਨਾ ਹਾਲਾਤਾਂ ਤੋਂ ਤੰਗ ਆ ਗਏ ਫਾਇਲ ਲੋ ਹਾਲਾਤਾਂ ਤੰਗ ਹੋਏ ਛੱਤ ਹੈਗੀ ਤੁਹਾਡੀ ਉੱਥੋਂ ਛਾਲ ਮਾਰ ਦਿਓ ਕਿਰਾਏ ਤੇ ਰਹਿਣਾ ਸਰਕਾਰ ਉਹ ਵੀ ਚਾਹੁੰਦੀ ਰਹੀ ਉਹ ਕਿਰਾਏ ਤੋਂ ਮਾਰੇਗਾ ਜਲਦੀ ਮੌਤ ਆਏਗੀ ਇਹਨੂੰ ਵੀ ਹਾਂਜੀ ਆਈ ਜੇ ਤੂੰ ਕਿਰਾਏ ਦੇ ਮਕਾਨ ਚੋਂ ਛਾਲ ਮਾਰੇ ਨਾ ਮਾਲਕ ਮਕਾਨ ਤੈਨੂੰ 3 ਮਹੀਨੇ ਦਾ ਕਿਰਾਇਆ ਨਾ ਮਾਫ਼ ਕਰੇ ਸਾਡੇ ਕੋਲ ਆਈ ਮੈਂ ਹੋਵਾਂਗਾ ਤੇ ਮਾਫ਼ ਕਰੇਗਾ ਉਸਤਾਦ ਜੀ ਉਹ ਚਲੋ ਬੱਚਿਆਂ ਨੂੰ ਤੇ ਕੁਛ ਫਾਇਦਾ ਹੋਏਗਾ ਨਾ ਬੱਚਿਆਂ ਨੂੰ ਵੀ ਤੇ ਕੋਈ 2-3 ਮਹੀਨੇ ਸਾਹ ਆਉਂਦੇ ਹੋ ਨਾ ਇਹ ਮਹੀਨਾ ਆਉਂਦਾ ਕਿਰਾਇਆ ਇਹ ਮਹੀਨਾ ਆਉਂਦਾ ਕਿਰਾਇਆ ਕੀ ਚਾਹੁੰਦੇ ਹੋ ਬਦਮਾਸ਼ੀ ਕਿਸ ਕਿਸਮ ਦੀ ਕਰਨਾ ਚਾਹੁੰਦੇ ਹੋ ਬਸ ਉਸਤਾਦ ਜੀ ਮੈਂ ਚਾਹੁੰਦਾ ਕਿ ਇਹ ਜਿਹੜੇ ਗੁਰਬਤ ਭਰੇ ਹਾਲਾਤ ਹੈ ਮੇਰੇ ਬਦਲ ਜਾਣ ਇਹ ਬਾਬਾ ਮੇਰਾ ਯਾਰ ਹੈ ਸ਼ਾਰਟਕਟ ਆਉਣਾ ਚਾਹੁੰਦੇ ਹੋ ਹਾਂਜੀ ਹਾਂਜੀ ਤੁਹਾਡੀ ਖੈਰ ਹੋ ਚਪੇੜਾ ਖਾ ਲੋਗੇ
ਬਦਮਾਸ਼ੀ ਜੇ ਹੁੰਦੀ ਹੈ ਓਏ ਸਬਕ ਕੀ ਦੇਨੇ ਖਾ ਲਾਂਗੇ ਉਸਤਾਦ ਜੀ ਬੋਟੀਆਂ ਤੇ ਨਹੀਂ ਮਾਰਨਗੇ ਨਹੀਂ ਇਹ ਹੁਣ ਡਿਪੈਂਡ ਕਰਦਾ ਹੈ ਤੁਹਾਡੀ ਗਲਤੀ ਤੋਂ ਉਸਤਾਦ ਜੀ ਦੇ ਵਾਸਤੇ ਪੇੜਾਂ ਖਾਣੀਆਂ ਕਿਹੜੀਆਂ ਮੁਸ਼ਕਲ ਹੀ ਗਈਆਂ ਨੇ ਉਹ ਰੋਜ਼ ਮਾਲਕ ਕੋਲੋਂ ਖਾਂਦਾ ਵੇ ਕਿਰਾਏ ਤੇ ਬਾਕੀ ਜਵਾਨ ਬਦਮਾਸ਼ ਨਾਲ ਤੂੰ ਨਹੀਂ ਲੜਨਾ ਕਿਉਂਕਿ ਉਹਨੇ ਤੈਨੂੰ ਉੱਤੋਂ ਕੁੱਟ ਕੁੱਟ ਕੇ ਚਲੇ ਜਾਣਾ ਤੈਨੂੰ ਪਤਾ ਹੀ ਨਹੀਂ ਹੋਣਾ ਤੇਰੇ ਉੱਤੇ ਹੈ ਕੌਣ ਹੈ ਕੱਦ ਵਧਾ ਪੁੱਤਰ ਆਪਣਾ ਫੇਰ ਹੀ ਬਦਮਾਸ਼ੀ ਵਧਣੀ ਹੈ ਪੰਜਾਬ 'ਚ ਮੇਰੇ ਉਤਪਾਦ ਦਾ ਭਾਰ ਕੋਈ ਨਹੀਂ ਚੁੱਕਦਾ ਕੋਈ ਇਨਵੈਸਟਮੈਂਟ ਕਰ ਸਕਦਾ ਬਦਮਾਸ਼ੀ ਤੇ ਕੋਈ ਚਾਕੂ ਕੋਈ ਛੁਰੀ ਮੁੱਲ ਲੈ ਸਕਦਾ ਜੀ ਕੋਈ ਛੁਰੀ ਸੀ ਘਰ ਸਬਜ਼ੀ ਕੱਟਣ ਵਾਲੀ ਉਹ ਵੀ ਖੁੰਡੀ ਹੋ ਗਈ ਹੈ ਹੁਣ ਤੇ ਉਹ ਵੀ ਨਹੀਂ ਰਹੀ ਨਾਲੇ ਮੇਰੇ ਕੋਲ ਕੁਛ ਹੁੰਦਾ ਉਸਤਾਦ ਜੀ ਤੇ ਤੁਹਾਡੇ ਘਰੇ ਅਕਸਰ ਤੇ ਕਿਸੇ ਕਿਉਂ ਆਉਂਦਾ ਮੈਂ ਚਲੋ ਠੀਕ ਹੈ ਹੌਲੀ ਹੌਲੀ ਹੈ ਨਾ ਹੋ ਜਾਏਗਾ ਸਿਸਟਮ ਕੋਈ ਮਸਲਾ ਨਹੀਂ ਤੁਹਾਡੀਆਂ ਖੈਰਾਂ ਪਰ ਦੁਆਵਾਂ ਹੀ ਹੈਗੀਆਂ ਮੈਂ ਤੇ ਦੁਆਵਾਂ ਹੀ ਦੇ ਸਕਦਾ ਉਸਤਾਦ ਜੀ ਤੂੰ ਆਪ ਹੀ ਖਾਇਆ ਕਰੋ ਨਾ ਸਾਨੂੰ ਤੇ ਹੀ ਜਾਣਦੇ ਹੋ ਉਸਤਾਦ ਜੀ ਕੋਈ ਕੰਮ ਕਰਾਂਗੇ ਦੁਆਵਾਂ ਵਾਲੇ ਤੇ ਕੋਈ ਰਹੇਗਾ ਹਾਂ ਇਹ ਤੇ ਹੈ ਕੋਈ ਬਿਮਾਰੀ ਕੋਈ ਹੈਪੇਟਾਈਟਸ ਕੋਲ ਤੇ ਬਿਠਾਈ ਹੈ ਤੂੰ ਓਏ ਓਏ ਫਨੀਏ ਦੀ ਨਹੀਂ ਮਤਲਬ ਕੋਈ ਬਦਮਾਸ਼ੀ ਦੇ ਵਿੱਚ ਨਾ ਬਿਮਾਰੀ ਨਹੀਂ ਚੱਲਦੀ ਐਵੇਂ ਤੁਹਾਡੇ ਕਿਡਨੀ ਤੇ ਕੋਈ ਪ੍ਰੋਬਲਮ ਹੋਵੇ ਉਹ ਤੁਹਾਡੇ ਜਿਗਰ ਤੇ ਚਰਬੀ ਆਈ ਹੋਵੇ ਕੋਈ ਉਹ ਰੋਗਾ ਮਤਲਬ ਤੇ ਟੈਸਟ ਕਰਾਈ ਸਾਰੇ ਮੈਂ ਕੋ ਪੀ ਆਈ ਇਹਦੇ ਪਰ ਮਾਸ਼ ਪੜਨਾ ਇੰਨੇ ਦੇ ਸਵਾਲ ਉਹ ਨਹੀਂ ਕਰਨੇ ਵੀ ਆਹ ਉਹ ਤੂੰ ਕਿਹੜਾ ਸਾਈਕਲਾਂ ਦਾ ਮੁੰਡਾ ਹੈਗਾ ਤੇ ਵੀ ਗਰੀਬ ਗੁਰਬਤ ਦੇ ਵਿੱਚ ਬਿਮਾਰੀਆਂ ਲੱਗ ਜਾਂਦੀਆਂ ਪਤਾ ਨਹੀਂ ਲੱਗਦਾ ਬੰਦੇ ਟੈਸਟ ਹੀ ਨਹੀਂ ਕਰਾਉਂਦਾ ਕਦੀ ਕਰਾਇਆ ਹੀ ਨਹੀਂ ਉਸਤਾਦ ਜੀ ਬਦਮਾਸ਼ੀ ਦੇ ਟੈਸਟ ਕਰਾਏ ਨਹੀਂ ਉਸਤਾਦ ਜੀ ਪਨੀਰ ਕੀ ਕਹਿੰਦਾ ਵੇਖ ਲਓ ਬੜਾ ਵਾਸ਼ਨ ਵੇਰ ਦਾ ਬਦਮਾਸ਼ ਹੀ ਗਾ ਵੀ ਤੇ ਕਾਟਨ ਦਾ ਸੂਟ ਵੀ ਕੋਈ ਨਹੀਂ ਹੋਣਾ ਉਹ ਪੜਵਾਉਣ ਵਾਲੇ ਕੱਪੜੇ ਹੈ ਹੀ ਕੋਲ ਪਹਿਲੇ ਪਾਟੇ ਜਿਹੜੇ ਲੈ ਕੀ ਦਾ ਪਾ ਰਿਆ ਯੂ ਸਾਫ ਦਾ ਕੱਪੜਾ ਹੀ ਹੈ ਨਹੀਂ ਇਹਦੀ ਕਿਸੇ ਕੋ ਮੰਗ ਇਹ ਮੈਂ ਤੈਨੂੰ ਕੀ ਸਮਝਾ ਕੇ ਲੈ ਗਿਆ ਉਹ ਸਾਫ ਕੱਪੜਾ ਤੂੰ ਬਦਮਾਸ਼ੀ ਕਰਨੀ ਵਲੀਮੇ ਤੇ ਜਾਣਾ ਕਿਤੇ ਇਹਦੇ ਜੀ ਤਿੰਨ ਚਾਰ ਸੂਟ ਤੇ ਸਟਾਰ ਤੇ ਪਾਟਣੇ ਰਿਹਾ ਇਹ ਤੇ ਇਨਵੈਸਟਮੈਂਟ ਕਰਨੀ ਪੈਣੀ ਦੋਸਤ ਜੀ ਮੈਂ ਘਰੋਂ ਹੀ ਪਾਟਾ ਪਾ ਜਾਵਾਂਗਾ ਇਹ ਕਿਹੜੀ ਗੱਲ ਮੇਰੇ ਸਾਰੇ ਪਾਟੇ ਨਹੀਂ ਜੇ ਘਰੋਂ ਹੀ ਪਾਟਾ ਪਾ ਗਿਆ ਤੇ ਤੂੰ ਹੱਥ ਚੁੱਕ ਤੂੰ ਫਿਰ ਇੰਜ ਨਾ ਨਾ ਹੱਥ ਚੁੱਕ ਤੂੰ ਇੰਜ ਚੁੱਕ ਫਿਰ ਇਹ ਲਓ ਜੀ ਇਹ ਮੈਂ ਬਦਮਾਸ਼ ਆ ਗੱਲ ਸਹੀ ਕਰ ਰਹੇ ਨੂੰ ਕਢਾਈ ਵਾਲਾ ਕੁੜਤਾ ਹੈ ਕੋਈ ਨਹੀਂ ਸਾਜੀ ਮੈਂ ਕਿਹੜਾ ਮੁਰਲੀ ਮਿਲਾਉਣਾ ਕੱਲ ਪੜਵਾ ਸਕਦਾ ਮੁੰਦਰਾ ਪਾ ਸਕਦਾ ਸਾਜੀ ਮੈਂ ਕੋਈ ਜੋਗੀ ਨਾ ਜਾਣਾ ਓਏ ਹੌਲੀ ਬੋਲ ਫਨੀਰ ਬੈਠਾ ਹੀ ਓਏ ਉਹ ਕੋ ਤੇ ਉੱਚੀ ਅੱਗੇ ਨਹੀਂ ਬੋਲਿਆ ਜਾ ਰਿਹਾ ਬਦਮਾਸ਼ੀ ਉਹਨੇ ਕਾਦੀ ਕਰਨੀ ਗੁਰਬਤ ਥੱਲੇ ਆਇਆ ਔਰ ਦਮੇ ਦਾ ਮਰੀਜ਼ ਤੇ ਗੈਸ ਆ ਜੀ ਇਹਨੂੰ ਕੀ ਕਰਨਾ ਜੇ ਬਦਮਾਸ਼ੀ ਕਰਵਾ ਸਾਰੇ ਯਾਰ ਉੱਥੋਂ ਆਪਣੇ ਚੁਗਤਾਈ ਵਾਲਿਆਂ ਕੋ ਪੈਸੇ ਅਸੀਂ ਦੇਨੇ ਆ ਕੱਲ ਨੂੰ ਦੇਖੋ ਨਾ ਇਹ ਕਿਸੇ ਦੇ ਹੱਥੀ ਪਵੇ ਤੇ ਜਰਾਸੀਮ ਉਹਨੂੰ ਲੱਗ ਜਾਣ ਉਹ ਤੇ ਬਦਮਾਸ਼ ਕਿਸੇ ਦਾ ਪੁੱਤਰ ਮਰ ਗਿਆ ਨਾ ਉਹ ਗੱਲ ਸਹੀ ਇਹ ਕਿਸੇ ਨੂੰ ਦੰਦੀ ਵੱਡੇ ਇਹਦੇ ਦੰਦਾਂ 'ਚ ਜੋ ਜਰਾਸੀਮ ਮੈਨੂੰ ਨਜ਼ਰ ਆ ਰਿਹਾ ਸੀ ਨਾ ਇਹ ਕਿਸੇ ਚਾਕੂ ਤੋਂ ਘੱਟ ਨਹੀਂ ਹੈਗੇ ਦੰਦੀ ਮਾਰ ਬੰਜ ਨਹੀਂ ਇਹ ਵੀ ਦੇਖੋ ਜੀ ਕਿਸੇ ਨਾਲ ਲੜਨਾ ਹੈ ਤੇ ਫਿਰ ਨਹਾਉਣਾ ਧੋਣਾ ਤੇ ਪੈਣਾ ਹੈ ਸਾਫ਼ ਸੁਥਰਾ ਰਹਿਣਾ ਪੈਣਾ ਡੇਲੀ ਬਰਸ਼ ਕਰੇ ਉਹਨੂੰ ਲੜਨ ਵਾਲੇ ਵਾਹ ਨਹੀਂ ਇਹਨੂੰ ਪਰਫਿਊਮ ਲਾ ਕੇ ਲੜਨਾ ਹੀ ਜੀ ਮੇਰੇ ਬਦਮਾਸ਼ੀ ਤੋਂ ਪਹਿਲੇ ਮੈਨੂੰ ਹਮਾਮ ਲੈ ਰਹੇ ਹੋ ਕਿੰਨੀ ਵਾਰੀ ਤੁਸੀਂ ਨਹਾਉਣ ਲੱਗ ਕਹਿਣ ਲਈ ਵਾਪਸ ਬਦਮਾਸ਼ ਲੈਣਾ ਦੇਖੋ ਜੀ ਫਿਰ ਸਫਾਈ ਨਹੀਂ ਸਵੇ ਮਾਂ ਨੇ ਜਿਹਦੇ 'ਚ ਮੈਦਾਨ 'ਚ ਤੇ ਜਾਣਾ ਹੈ ਤੁਸੀਂ ਫਿਰ ਅੱਗੋਂ ਜਾਂ ਉਹ ਹੈ ਨਹੀਂ ਬਲਕਿ ਉਹ ਹੀ ਹੈ ਨਹੀਂ ਉਹਨਾਂ ਤੇ ਨਿਕਲ ਜਾਣਾ ਮਾਰ ਮੂਰ ਕੇ ਤੈਨੂੰ ਕਹਿੰਦੀ ਹਰ ਮੋੜ ਤੇ ਮਾਰ ਮੈਨੂੰ ਹੀ ਪੈਣੀ ਸਟਾਰਟ ਤੇ ਹੁੰਦਾ ਹੈ ਸਾਨੂੰ ਬੜੀਆਂ ਫਨੀਅਰ ਦੱਸ ਥੋੜੀਆਂ ਮਾਰਾਂ ਪਈਆਂ ਮੈਂ ਕਹਿੰਦਾ ਵਾਂ ਵੀ ਉਸਤਾਦ ਹੋਣਾ ਨੇ ਜਿਹੜੇ ਚੌਕ 'ਚ ਪਹਿਲੀ ਲੜਾਈ ਲੜੀ ਹੈ ਨਾ 18 ਬੰਦੇ ਉੱਧਰ ਸਨ ਹਾਏ ਹਾਏ ਉਸਤਾਦ ਹੋਣੀ ਇਕੱਲੇ ਇੰਜ ਕਰਕੇ ਇੰਟਰੀ ਕੀਤੀ ਹੈ ਇਹ ਦੌੜਾਂ ਲੱਗੀਆਂ ਨੇ ਉਸਤਾਦ ਹੋਣੀ ਦੌੜ ਕੇ ਘਰ ਓਏ ਭੱਜ ਕੇ ਜਾਵਾਂਗੇ ਤੇ ਕੱਲ੍ਹ ਨੂੰ 18 ਦਾ ਮੁਕਾਬਲਾ ਕਰਾਂਗੇ ਨਾ ਜੇ 18 ਦੇ ਅੱਗੇ ਬੈਠੇ ਰਹੇ ਤੇ ਫਿਰ ਫਾਇਦਾ
ਸਪੀਡ ਕਿੰਨੀ ਕਿ ਦੌੜ ਸਕਦੇ ਦੌੜ ਦੌੜ ਜੋਗਰ ਬੂਟ ਸਾਹ ਚੜ ਜਾਂਦਾ ਤੈਨੂੰ ਕਾਲੀ ਸਾਹ ਹੀ ਨੀ ਚੜਦਾ ਤੇਰੇ ਤੇ ਕਰਜ਼ਾ ਵੀ ਚੜਿਆ ਨਜ਼ਰ ਆ ਰਿਹਾ ਮੁਖਾਲਫਾਂ ਦੇ ਸਾਹਮਣੇ ਪਹਿਲਾ ਸਬਕ ਦੇ ਦਿਓ ਤਾਂ ਕਿ ਮੈਂ ਜਾ ਕੇ ਝਾਕਾ ਜਿਹੜਾ ਨਾ ਮਿਲਾਂ ਉਹ ਪਹਿਲਾ ਸਬਕ ਤੂੰ ਸ਼ਾਮ 84 ਵਾਲਿਆਂ ਦੇ ਆਇਆ ਸਬਕ ਲੈਣਾ ਵੀ ਸਾਡੇ ਕੋਲ ਅੱਛਾ ਮੇਰੀ ਗੱਲ ਸੁਣ ਤੂੰ ਪੁਲਿਸ ਵਾਲਿਆਂ ਦੀਆਂ ਚਪੇੜਾਂ ਖਾ ਸਕਦਾ ਗਡੇਰੀਆਂ ਵਾਲੇ ਨੂੰ ਗਾਲਾਂ ਕੱਢ ਸਕਦਾ ਆਹੋ ਇੰਨਾ ਕੁ ਕੰਮ ਮੈਂ ਕਰ ਲਊਂਗਾ ਕਿਉਂਕਿ ਇੱਕ ਮੌਸਮ ਚ ਹੀ ਆਉਂਦੀ ਉਹਦੇ ਕੋਲ ਕੱਟਣ ਹੁੰਦਾ ਹੀ ਯਾਦ ਰੱਖੀ ਮੂੰਗਫਲੀ ਵਾਲੇ ਕੋਲੋਂ ਚਪੇੜਾ ਖਾ ਸਕਦਾ ਆਹੋ ਇੰਨੇ ਕਿਤੇ ਮੈਂ ਕਰ ਲਊਂਗਾ ਉਸ ਸਾਜੀ ਲੱਛੇ ਵਾਲੇ ਨੂੰ ਤੜੀ ਲਾ ਸਕਦਾ ਉਹ ਤਾਂ ਮੈਂ ਕਈ ਵਾਰੀ ਲਾਈ ਵੀ ਕਾਂਜੀ ਵਾਲੇ ਨੂੰ ਗਾਲ ਕੱਢ ਸਕਦਾ ਕਾਂਜੀ ਵੇਚਦਾ ਜਿਹੜਾ ਇਹ ਤੇ ਭਾਈ ਸਟਾਰਟ ਹੀ ਨਹੀਂ ਲੈ ਲਿਆ ਲੜਾਈ ਦਾ ਕੀ ਕਰਨਾ ਚਾਹੁੰਦਾ ਓਏ ਇਹਦੇ ਘਰੋਂ ਹੀ ਸੁਲਾ ਦਾ ਮੂਡ ਕਰਕੇ ਆਇਆ ਜੇ ਬੱਚੇ ਕਿੰਨੇ ਨੇ ਮੇਰੇ ਦੋ ਨੇ ਸਟਾਰਟ ਜੀ ਘਰ ਹੀ 2 ਸਾਲ ਬਦਮਾਸ਼ੀ ਕਰਦਾ ਰਿਹਾ ਉਹਨੂੰ ਪੁੱਛਿਆ ਹੈਗਾ ਕਿ ਬੱਚੇ ਕਿੰਨੇ ਵੇ ਉਹ ਕਹਿੰਦਾ ਜੀ ਮੇਰੇ 2 ਨੇ ਬਾਕੀ ਕੀ ਨਹੀਂ ਓਏ ਚੂਚੇ ਸਾਡੇ ਵਾਲੇ ਕਰਦੇ ਗਰੀਬ ਬੰਦਾ ਵਿਚਾਰਾ ਚੂਚੇ ਲੈ ਕੇ ਨਿਕਲੇ ਬੜੀਆਂ ਭੈੜੀਆਂ ਹੁੰਦੀਆਂ ਉਹ ਗਰੀਬ ਆਦਮੀ ਹੈਗਾ ਤੇ ਇਹ ਸ਼ਾਹੀ ਆਵੇ ਹੈ ਜਿਹੜੇ ਆਲੂ ਵਾਲੇ ਪਰਾਂਠੇ ਲਾਉਂਦੇ ਨੇ ਤਵੇ ਤੇ ਤਿੰਨ ਚਾਰ ਪਰਾਂਠੇ ਖਾ ਕੇ ਕਹਿ ਸਕਦਾ ਚੱਲ ਮੈਂ ਨੀ ਪੈਸੇ ਦੇਣੇ ਇੱਕ ਵਾਰੀ ਮੈਂ ਕੀਤਾ ਸੀ ਉਹਨਾਂ ਨੇ ਬੜਾ ਮਾਰੇ ਲਓ ਇਹ ਤੇ ਫਿਰ ਠੀਕ ਹੈ ਆ ਗਿਆ ਬਦਮਾਸ਼ੀ ਤੂੰ ਤੇ ਖਾਧੀ ਹੈ ਮਾਰ ਇਸ ਕੰਮ ਚ ਬਹੁਤ ਮਾਰ ਖਾਣੀ ਪੈਂਦੀ ਹੈ ਉਹ ਤੇ ਮੈਂ ਦੇਖਣ ਰਹੀ ਹਾਂ ਕੀ ਆਪਣੇ ਵੱਲ ਵੀ ਦੇਖ ਉਹ ਜਦੋਂ ਪਏਗੀ ਉਹਨੂੰ ਨੀ ਗੱਲ ਫਨੀਅਰ ਰੱਖ ਲਈਏ ਮੈਂ ਤੇ ਕਹਿੰਦਾ ਯੂਸਫ ਦੁਸ਼ਮਣਾ ਕੋ ਮਰਵਾ ਕੇ ਇਹਨਾਂ ਦੇ 16 ਜੀ ਪੈਸੇ ਲੈ ਲਾਂਗੇ ਇਹਨੂੰ ਰੱਖ ਲਓ ਓਏ ਪੱਕਾ ਤੂੰ ਓ ਯਾਰ ਨਾ ਵੇਚ ਨਹੀਂ ਕਿਤੇ ਬਾਬਾ ਦੇਖੀ ਸਾਜੀ ਇਹ ਬਦਮਾਸ਼ੀ ਚ ਪੈਰ ਰੱਖ ਕੇ ਮੇਰੀ ਰੋਜ਼ ਦੀ ਕਿੰਨੀ ਕੈ ਆਮਦਨ ਹੋ ਜਾਏਗੀ ਚਾਰ ਚਪੇੜਾਂ ਦੇ 2 ਤੁਹਾਡੇ ਘਰ ਨੂੰ ਪੈਕ ਕਰਾ ਕੇ ਰੋਜ਼ ਘਰ ਬੇਟੇ ਇਹ ਜਿਹੜੀ ਬਦਮਾਸ਼ੀ ਵਾਲੀ ਹੁੰਦੀ ਨਾ ਕਮਾਈ ਇਹ ਹਵਾਈ ਹੁੰਦੀ ਹੈ ਇਹ ਉੱਤੋਂ ਤੈਨੂੰ ਜੋ ਹੋ ਜਾਏ ਤੇਰਾ ਬਾਜੀ ਫਿਕਸ ਨਹੀਂ ਕਰਨਾ ਸਾਜੀ ਮੈਂ ਬਦਮਾਸ਼ੀ ਦਾ ਗਰੁੱਪ ਲੈ ਕੇ ਜਾਣਾ ਜਿਹੜਾ ਉੱਤੋਂ ਹੋਏਗਾ ਉਹ ਮੇਰੇ ਬਾਕੀ ਸਾਰਾ ਉਹਨਾਂ ਦੇ ਨਹੀਂ ਇਹ ਹੁੰਦਾ ਨਾ ਕਿਸੇ ਟਾਈਮ ਲੜਾਈ ਹੱਥਾਂ 'ਚ ਹੱਥ ਪੈਂਦੇ ਨੇ ਕਿਤੇ ਜੇਬ 'ਚ ਵੀ ਪੈ ਹੀ ਜਾਏਗਾ 2-3 ਘੰਟੇ ਧੁੱਪੇ ਕਣਕ ਫੜ ਸਕਦਾ ਤੇਰਾ ਉਸਤਾਦ ਫੜਦਾ ਹੀ ਫਿਰ ਜਾ ਦੱਸ ਇਹਨੂੰ ਪਾਠੀ ਸਿੱਖਣ ਆਏ ਕਿ ਸਬਕ ਯਾਦ ਕਰਨ ਆਏ ਪੈਰੀ ਪੈ ਕੇ ਕਹਿ ਸਕਦਾ ਐਤਕੀ ਮਾਫ਼ ਕਰ ਦਿਓ ਜੀ ਉਹ ਤਾਂ ਮੈਂ ਕਈ ਵਾਰੀ ਮਾਲਕ ਮਕਾਨ ਨੂੰ ਕਹੇ ਕਰ ਸਕਦਾ ਜਿਹੜੇ ਇਹਦਾ ਆਡੀਸ਼ਨ ਲੈ ਕੇ ਮੈਨੂੰ ਪਤਾ ਲੱਗਾ ਵੇ ਕਿ ਬੰਦੇ ਦਾ ਜ਼ਮੀਰ ਮਰਿਆ ਹੈਗਾ ਇਹਨੂੰ ਨਾ ਚਪੇੜਾ ਨਾ ਮਸਲਾ ਹੋਣਾ ਨਾ ਠੁੱਡਿਆ ਨਾ ਇਹਨੇ ਬਦਮਾਸ਼ੀ ਕਰ ਲੈਣੀ ਤੂੰ ਬਦਮਾਸ਼ੀ ਨਾ ਕਰ ਯਾਰ ਸਾਡੇ ਕੋਲ ਜੋ ਮਹੀਨਾ ਲੈਣਾ ਹੀ ਲਈ ਜਾਈ ਤੈਨੂੰ ਅਸੀਂ ਪਿਆਰ ਨਾਲ ਵੈਸੇ ਕਹੀ ਜਾਂਦੇ ਤੈਨੂੰ ਨਹੀਂ ਸਾਜੀ ਜੇ ਮੈਂ ਇਹੋ ਜਿਹਾ ਹੁੰਦਾ ਤੇ ਕਦੀ ਵੀ ਬਾਬੇ ਕੋਲ ਨਾ ਆਉਂਦਾ ਕਦੀ ਵੀ ਮੇਰੇ ਤੇ ਬਿੱਲ ਨਾ ਚੜਦਾ ਓਏ ਉਹਦੇ ਤੇ ਕਤਲੋ ਗਾਰਤ ਤੇ ਜੇਲਾਂ ਤੇ ਕੱਟੀਆਂ ਹੀ ਨਹੀਂ ਉਹਨੇ ਸਾਜੀ ਪਤਾ ਕੀ ਅਸੀਂ ਦੋਵੇਂ ਯਾਰ ਹੈਗੇ ਬਚਪਨ
ਬਚਪਨ ਦੇ ਨਾ ਕਹਿ ਉਹ ਤੇ ਵੱਡਾ ਹੋ ਗਿਆ ਤੂੰ ਉੱਥੇ ਦਾ ਉੱਥੇ ਹੀ ਮਾੜੀ ਮੋਟੀ ਸੰਗਲੀ ਬੰਨ ਕੇ ਤਾਂ ਗੁਜ਼ਾਰਾ ਕਰੋ ਅਜੇ ਵਾਹ ਤੂੰ ਵੀ ਇੰਜੀ ਸਟਾਰਟ ਕੀਤਾ ਪੂਰੇ ਪੰਜਾਬ ਚ ਕਿਸੇ ਨੇ ਭਾਰ ਨੀ ਚੁੱਕਿਆ ਸਭ ਦੀਆਂ ਇੱਕ ਪੰਜਾਬ ਹੁੰਦੀਆਂ ਉਹਨੂੰ ਨੀ ਸਾਂਭ ਕੇ ਰੱਖੇ ਕੋਈ ਐ ਸਦਕਾ ਨਹੀਂ ਹੋਏ ਇਹਦੇ ਤੋਂ ਉੱਤੇ ਮਾਰ ਕੇ ਸੁੱਟੀ ਦੇ ਸਾਧਨ ਮੈਂ ਤੇ ਕਹਿੰਦਾ ਰੱਖ ਲੈ ਮੈਂ ਅਸਲ ਚ ਨਾ ਕੱਲ ਦਾ ਕੁੱਤਾ ਰੱਖ ਲਿਆ ਪਨੀਰ ਰੱਖ ਲਈਏ ਐਦਾਂ ਐਡੀਸ਼ਨ ਤੋਂ ਲੈ ਲਓ ਬੜਕਾਂ ਸੜਕਾਂ ਮਾਰਨੀਆਂ ਪੈਂਦੀਆਂ ਨੇ ਲਲਕਾਰਨਾ ਪੈਂਦਾ ਵੀ ਬਦਮਾਸ਼ੀ ਦੇ ਵਿੱਚ ਯਾਰ ਇਹ ਕਹਿ ਸਕਦਾ ਪਾਸੇ ਪਾਸੇ ਹੋ ਜਾਓ ਭਲਵਾਨ ਨੂੰ ਨਹੀਂ ਆ ਰਹੇ ਇਹ ਕਹਿ ਸਕਦਾ ਇਹ ਕਰ ਲੈਗਾ ਬੱਚਾ ਕਹਿ ਰਿਹਾ ਯਾਰ ਪਹਿਲੇ ਤੇ ਮੈਂ ਤੈਨੂੰ ਲੈ ਕੇ ਦੇਣੇ ਨੇ ਉੱਚੀ ਅੱਡੀ ਵਾਲੇ ਬੂਟ ਤਾਂ ਕਿ ਥੋੜਾ ਜਿਹਾ ਤੇਰਾ ਕੱਦ ਤੇ ਵਧੇ ਨਾ ਫਿਰ ਹੌਲੀ ਹੌਲੀ ਤੈਨੂੰ ਪਵਾਵਾਂਗੇ ਇੱਕ ਹੈਡ ਉਹਦੇ ਨਾਲ ਵੀ ਥੋੜਾ ਵਧੇਗਾ ਤੇ ਮੁੜ ਕੇ ਤੈਨੂੰ ਹਾਈ ਨੈਕ ਪਵਾਵਾਂਗੇ ਉਹਦੇ ਨਾਲ ਵੀ ਲੱਗੇਗਾ ਕਿ ਥੋੜਾ ਜਿਹਾ ਉੱਚਾ ਹੈ ਯਾਰ ਮੈਂ ਕਹਿੰਦਾ ਤੂੰ ਬਦਮਾਸ਼ੀ ਛੱਡ ਦੇ ਤੇ ਆਪਣੀ ਆਖਰਤ ਬਣਾ ਵੇਚਣਾ ਤੇਰੇ ਕੋਲ ਕਿੰਨੇ ਲੈ ਲੈਣੀ ਯੂਸਫ ਇਹ ਬੰਦਾ ਜਿਹੜਾ ਹੈਗਾ ਨਾ ਹੈ ਤੇ ਕੰਮ ਦਾ ਹੈ ਲੇਕਿਨ ਇਹਨੂੰ ਟਾਈਮ ਲੱਗੇਗਾ ਓਨੀ ਇਹਦੀ ਉਮਰ ਨਹੀਂ ਅਸੀਂ ਵੱਧ ਤੋਂ ਵੱਧ ਇਹਨੂੰ 6 ਮਹੀਨੇ ਦੇ ਸਕਦੇ ਹਾਂ 6 ਮਹੀਨੇ 'ਚ ਸਿੱਖ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਮੌਤ ਵੱਟ ਤੇ ਉਸਤਾਦ ਜੀ ਇਹਨਾਂ ਨੂੰ ਨਾ ਟਾਰਗੇਟ ਦੋ ਜਿਹੜਾ ਮਕਾਨ ਹੈਗਾ ਨਾ ਕਬਜ਼ਾ ਕੀਤਾ ਹੋਇਆ ਇਹਨੂੰ ਕਹੋ ਵੀ ਜਾ ਕੇ ਤੇ ਕਬਜ਼ਾ ਛਡਾਵੇ ਅੱਛਾ ਮੇਰੀ ਗੱਲ ਸੁਣ ਕੱਲ੍ਹ ਤੇਰੀ ਸੁਬਹਾ 7 ਵਜੇ ਸਾਡੇ ਸੀਲ ਕੁੱਕੜ ਨਾਲ ਲੜਾਈ ਹੋ ਕੱਲ੍ਹ ਹੀ ਤੇਰਾ ਪਤਾ ਲੱਗ ਜਾਣਾ ਜੀ ਇਹ ਕੁੱਕੜ ਤੇ ਇਹ ਕੁੱਕੜ ਦਾ ਮੈਦਾਨ ਤੇ ਪੈਰ ਨੂੰ ਕਿੱਲ ਬੰਨ ਕੇ ਨਹੀਂ ਆਉਣਾ ਨਿਦਰੀ ਲੜਾਈ ਹੋਏਗੀ ਸਾਫ਼ ਸੁਥਰੀ ਬਿੱਲ ਤੇ ਬਹੁਤ ਆ ਰਹੇ ਨੇ ਤੁਹਾਡੇ ਸਟਾਰ ਨੂੰ ਅੱਜ ਤੋਂ ਬਾਅਦ ਬਿੱਲ ਨਹੀਂ ਆਏਗਾ ਮੀਟਰ ਹੀ ਘਟਾਤਾ ਤੁਸੀਂ ਇਹ ਨੀ ਕਰੋ ਬਦਮਾਸ਼ ਹੋ ਨਾ ਇਹ ਸਮੇਂ ਡੇਰੇ ਤੇ ਬੈਠੇ ਆ ਇਹ ਮਹਿਮਾਨ ਆਇਆ ਤੁਸੀਂ ਕਹਿੰਦੇ ਭਲਵਾਨ ਜੀ ਮੈਂ ਬੋਤਲਾਂ ਲੈ ਕੇ ਆਉਣਾ ਇਹ ਕਵੋ ਤੁਸੀਂ ਤੇ ਇੱਧਰ ਜਾਣਾ ਬੋਤਲਾਂ ਲੈਣ ਕਵੋ ਉੱਠ ਕੇ ਭਲਵਾਨ ਜੀ ਮੈਂ ਬੋਤਲਾਂ ਲੈ ਕੇ ਆਇਆ ਨਹੀਂ ਪੂਰੀ ਗੱਲ ਭਲਵਾਨ ਜੀ ਮਹਿਮਾਨ ਆਏ ਨੇ ਇਹਨਾਂ ਦੀ ਮੈਂ ਠੰਡੀਆਂ ਬੋਤਲਾਂ ਲਿਆਉਣਾ ਬੋਤਲਾਂ ਲੈ ਕੇ ਆਓ ਯੂਸਫ ਹੁਣ ਹੈ ਬਦਮਾਸ਼ੀ ਤੇ ਗੁਰਬਤ ਆ ਗਈ ਵੈਸੇ ਇਹਨੂੰ ਰੱਖ ਲਈਏ ਕੱਦ ਛੋਟਾ ਗਿੱਟੇ ਤੇ ਦੰਦੀ ਤੇ ਵੱਢੇ ਗਏ ਇਹਨੂੰ ਵੱਡੇ ਗੇਟ ਨਾ ਬੰਦ ਹੋ ਸਾਜੀ ਮੈਂ ਤੇ ਕਹਿੰਦਾ
ਗੱਲ ਤੇ ਠੀਕ ਹੈ, ਉਹ ਆ ਗਿਆ ਫਿਰ ਉਹ ਖੋਲ ਬੂਆ ਆ ਗਿਆ ਔਰ ਰਹਿਣ ਤੋਂ ਬਾਹਰ ਜਿਹੜਾ ਬੋਤਲਾਂ ਲੈਣ ਗਿਆ ਉਹ ਖੋਲ ਔਰ ਹੈਸਲ ਕਰਨ ਦਿਆ ਕਿਤੇ ਸੱਚੀ ਮੁੱਚੀ ਨਾ ਲੈ ਆਵੇ। ਅੱਛਾ ਐਡੀਸ਼ਨ ਹੀ ਗਿਆ ਸੀ ਮਰੇ, ਸਾਨੂੰ ਪੈਸੇ ਪੈ ਜਾਣੇ। ਮੈਂ ਕਿਹਾ ਪਤਾ ਨੀ ਵੈਸੇ ਬੀ ਟੀ ਕਰਾ ਦਿੱਤਾ। ਹਾਂ ਬੋਤਲਾਂ ਕਿੱਧਰ ਨੇ, ਬੋਤਲਾਂ ਕਿੱਥੇ ਵੇ, ਉਹ ਬੋਤਲਾਂ ਕਿੱਥੇ ਨੇ? ਸਾਜੀ ਮੈਂ ਗਏ ਆ ਉੱਥੋਂ ਤੇ ਪਹਿਲੀ ਬੋਤਲਾਂ ਚੱਲਣ ਲਈਆਂ ਸੀ, ਮੈਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਇੱਥੇ ਆਏ। ਲਓ ਜੀ ਫਨੀਅਰ, ਅੱਜ ਤੋਂ ਬਾਅਦ ਤੁਸੀਂ ਸਾਡੇ ਨਾਲ ਹੀ ਰਹਿਣਾ, ਤੁਹਾਨੂੰ ਸਿਰਫ ਅਸੀਂ ਮਾਫੀ ਮੰਗਣ ਲਈ ਰੱਖਣਾ। ਤੇ ਸਰ ਜੀ ਉਹ ਚੈਨਾ ਚੂਨਾ ਉਹ ਪ੍ਰੋਟੋਕੋਲ ਉਹ ਕੋਠੀ ਉਹ ਕਾਰ ਉਹ ਕਿੰਨੀ ਕੁ ਦੇਰ ਤੱਕ ਹੋ ਜਾਏਗਾ? ਤੈਨੂੰ ਕੋਠੀ ਦੇ ਬਾਹਰ ਬੰਨ ਸਕਦੇ ਆ, ਲੈ ਦੇ ਨਹੀਂ ਸਕਦੇ, ਉਹ ਬੜਾ ਔਖਾ ਕੰਮ ਹੀਗਾ। ਤੇਰੇ ਚ ਬਦਮਾਸ਼ੀ ਦੇ ਜਰਾ ਸੀਮ ਹੀ ਨਹੀਂ ਹੈਗੇ। ਗੋਲਡ ਦੀ ਚੈਨ ਤੈਨੂੰ ਲੈ ਦਿਆਂਗੇ ਮਹੀਨੇ ਕੁ ਠਹਿਰ ਕੇ, ਅਗਰ ਤੇਰੀ ਅੱਛੀ ਕਾਰਗਰਦਗੀ, ਨਹੀਂ ਤੇ ਫਿਰ ਸਾਈਕਲ ਦੀ ਚੈਨ ਲਾ ਕੇ ਤੈਨੂੰ ਉਹ ਮਾਰਨਾ ਸੀ, ਤੇਰੇ ਪਿੰਡੇ ਦੇ ਘੁਰੀਆਂ ਛਪ ਜਾਣਗੀਆਂ। ਤੁਹਾਡੀ ਮਿਹਰਬਾਨੀ, ਤੁਹਾਡੇ ਕੋਲ ਆਏ ਕੁਛ ਸੋਚੋ ਮੇਰਾ, ਤੁਸੀਂ ਜੋ ਕਹੋਗੇ ਮੈਂ ਕਰਨ ਲਈ ਤਿਆਰ ਹਾਂ। ਸਾਜੀ ਦੀ ਡਿਊਟੀ ਲਾਓ, ਰਮਜ਼ਾਨ ਆਉਂਦਾ ਹੈਗਾ ਨਾ, ਇਹ ਸਿਰਫ ਰੋਜ਼ੇ ਜਗਾ ਸਕਦਾ ਜੀ, ਹੋਰ ਕੁਝ ਨਹੀਂ ਕਰ ਸਕਦਾ। ਇਹ ਨਹੀਂ ਜਗਾ ਸਕਦਾ, ਤੇ ਬੱਚੇ ਸਵੇਰੇ ਇਹਨੂੰ ਜਗਾਉਂਦੇ ਨੇ ਆਪਾਂ ਕੰਮ ਤੇ ਜਾਣਾ, ਇਹ ਨਹੀਂ ਉੱਠਦਾ। ਕਿਹੜੀ ਬਦਮਾਸ਼ੀ ਹੈਗੀ, ਨਾ ਤੁਹਾਡੇ ਟੂਨ ਹੀ ਨਾ ਕੱਦ ਹੀ ਗਿਆ ਵੇ, ਨਾ ਗੱਲ ਨਾ ਬਾਤ ਹੀ। ਭਾਜੀ ਦੋ ਚਾਰ ਬਦਮਾਸ਼ ਪੈਸੇ ਪਾ ਕੇ ਨਾ ਇਹਨੂੰ ਕੋਈ ਰਕਸ਼ਾ ਲੈ ਦਿੰਦੇ ਆ, ਉੱਥੇ ਪਿੱਛੇ ਲਿਖਦੇ ਨੇ ਬਦਮਾਸ਼ ਰਕਸ਼ਾ। ਜਾ ਚਲੋ ਠੀਕ ਹੈ। ਆਓ ਜੀ ਭਾਜੀ, ਅੱਜ ਤੋਂ ਬਾਅਦ ਤੁਹਾਡਾ ਨਾਂ ਹੈਗਾ ਆਪਣਾ ਫਰਤੀਲਾ, ਤੇ ਜਿੱਥੇ ਸਾਨੂੰ ਚਪੇੜਾਂ ਪੈਣਗੀਆਂ ਤੁਸੀਂ ਵੀ ਨਾਲ ਖਾਓਗੇ। ਪਹਿਲੀ ਬਦਮਾਸ਼ੀ ਘਰੋਂ ਹੀ ਸ਼ੁਰੂ ਕਰੀ ਦੀ ਹੈ, ਅੱਜ ਤੂੰ ਜਾਣਾ ਹੈ ਨਾ ਤੇ ਇੰਜ ਕਰਕੇ ਠੁੱਡਾ ਮਾਰ ਕੇ ਤੇ ਬੂਹਾ ਖੋਲਣਾ। ਹੈਗਾ ਹੀ ਨਹੀਂ ਬੂਹਾ ਉਸ ਸਾਜੀ, ਉਹ ਵੀ ਟੁੱਟਾ ਹੈ। ਚਲੋ ਬੋਰੀ ਵਿੱਚੋਂ ਪੈਰ ਕੱਢ ਲਈ ਇੰਜ ਕਰਕੇ, ਚਲ ਅੰਦਰ ਜਾ ਕੇ ਕਹੀ ਉਹ ਬੇਗਮ ਰੋਟੀ ਲਿਆ। ਅੱਗੇ ਉਹ ਮੈਨੂੰ ਪਤਾ ਜੋ ਉਹਨੇ ਕਹਿਣਾ, ਉਹਨੇ ਕਹਿਣਾ ਕਿੱਥੋਂ ਛਾਬੀ ਸਿੱਧੀ ਕਰ, ਮੈਂ ਰੋਟੀ ਮੰਗ ਲਿਆ। ਇਹ ਕਹਿ ਸਕਦਾ ਯਾਨੀ ਕਿ ਤੁਹਾਡਾ ਮਤਲਬ ਸਾਜੀ ਕਿ ਜਾਣ ਲਈ ਬੇਗਮ ਨੂੰ ਤੜੀ ਲਾਓ? ਪੁੱਤਰ ਉਹ ਸਿਆਣੇ ਕਹਿੰਦੇ ਨੀ ਘਰੋਂ ਜਾਈਏ ਖਾ ਕੇ ਤੇ ਅੱਗੋਂ ਮੈਨੂੰ ਬੁਲਾ ਕੇ, ਮੈਂ ਕਹਿੰਦਾ ਘਰੋਂ ਬਦਮਾਸ਼ੀ ਸ਼ੁਰੂ ਕਰੋ। ਵਾਹ ਮੇਰਾ ਟੋਨ ਕਿਸ ਤਰ੍ਹਾਂ ਠੀਕ ਹੋਏਗਾ? ਹੁਣ ਮੈਂ ਬੜਕ ਬੜਕ ਮਾਰ ਸਕਦਾ ਜਾਂ ਮੈਂ ਮਾਰ ਕੇ ਦਿਖਾਵਾਂ ਤੁਹਾਨੂੰ, ਜੇ ਕੋਈ ਵਿੱਚ ਕਸਰ ਹੈਗੀ ਤਾਂ ਮੈਨੂੰ ਦੱਸ ਦਿਓ। ਹਾਂ ਠੀਕ ਹੈ, ਮਾਰੋ ਬੜਕ। ਕੀ ਕਹੋ ਸਰ ਜੀ? ਹੁਣ ਕਿਆ ਕਹਿ ਆ ਮੱਲੇ ਵਾਲਿਓ, ਆ ਮੱਲੇ ਵਾਲਿਓ, ਦਿਓ ਕੁਛ ਅੱਲਾ ਦੇ ਨਾਂ ਤੇ, ਦਿਓ ਕੁਛ ਅੱਲਾ। ਵਾਹ ਜੀ ਕਿਆ ਕਹਿੰਦੇ ਹੋ ਸਰ ਜੀ, ਮੈਂ ਹੁਣ ਯਾਦ ਇਹ ਕੰਮ ਤੇ ਪਹਿਲੇ ਕਰਨਾ ਛੱਡ ਕੇ ਆਏ। ਹੈਲੋ ਉਹ ਮੰਗਤੇ ਨੂੰ ਲੈ ਯਾਰ ਬਾਬਾ, ਚਲ ਖੀਖੀ ਖੀਖੀ ਪਈ ਯਾਰ। ਯੂਸਫ ਤੂੰ ਸਾਡਾ ਚੇਜ਼ਾ ਹੀ ਕਰ ਰਿਹਾ ਅੱਜ, ਕੋਈ ਆਡੀਸ਼ਨ ਨਹੀਂ ਲੈ ਰਹੇ, ਕੋਈ ਗੱਲ ਨਹੀਂ ਦੱਸ ਰਹੇ ਉਹਨਾਂ ਨੂੰ, ਦੱਸੋ ਕੀ ਹੁਣ ਤੈਨੂੰ ਛੁਰੀਆਂ ਮਰਵਾ ਦੇਣ ਮੇਰੇ ਕੋਲੋਂ? ਯਾਰ ਤੂੰ ਬਿੱਲ ਦੀ ਖਾਤਰ ਬਦਮਾਸ਼ ਬਣਨਾ ਹੈ? ਆਹੋ ਸਰ ਜੀ,
ਬਿੱਲ ਤੇ 3 ਇਸ਼ਾਰਿਆਂ ਦੀ ਮਾਰ ਹੈਗੀ ਹੈ, ਇਹ ਮਾਲ ਤੇ ਖਲੋਵੇ 3 ਇਸ਼ਾਰੇ ਕਰੇ ਤੇ ਇਹਦਾ ਬਿੱਲ ਜਿਹੜਾ ਕਲੀਅਰ ਹੋ ਸਕਦਾ, ਬਦਮਾਸ਼ੀ ਦੀ ਇਹਨੂੰ ਲੋੜ ਹੀ ਨੀ ਹੈਗੀ। ਚੱਲ ਤੂੰ ਮੂੰਹੋਂ ਕੁਛ ਨੀ ਕਹਿਣਾ, ਇੰਜ ਕਹਿ ਦੀ, ਇੰਜ ਇੰਜ ਕਰ ਫਨੀਅਰ ਦੱਸ ਇਹਨੂੰ ਕਿਸੇ ਨਾਲ ਕਰੀਦਾ। ਉਹ ਪਾਗਲ ਹੀ ਗਿਆ, ਬਦਮਾਸ਼ੀ ਇਹਨਾਂ ਨੂੰ ਕਰਨੀ ਨੀ ਆਉਂਦੀ ਹੈਗੀ, ਸੌਖਾ ਜਿਹਾ ਕੰਮ ਹੀ ਗਿਆ ਬੈਠਾ ਵੀ। ਇਹ ਜਦੋਂ ਇਹ ਜਦ ਕਾਰ ਆਉਂਦੀ ਵੀ ਨਾ ਭੈਣ, ਤੇ ਇਹ ਇਹਨਾਂ ਨੇ ਸਿਰਫ ਇੰਜ ਕਰਨਾ ਵਾ, ਇਹ ਕਰਨਾ ਹੈ, ਇਹਦਾ ਦਾ ਬਿੱਲ ਦੇ ਪੈਸੇ ਨਾ ਤੇ ਸਾਡੀ ਬਦਮਾਸ਼ੀ ਤੇ ਲਾਨਤ ਕਰ ਦਿਓ। ਇਹਦਾ ਸਟੈਪ ਬਾਈ ਸਟੈਪ ਤੇਰੇ ਚਰਚੇ ਹੋ ਜਾਣੇ ਨੇ। ਕੱਲ ਤੇ ਠੀਕ ਆ ਰਹੀ, ਇਹ ਵੀ ਇੰਜ ਹੀ ਬਣਿਆ ਉਸਤਾਦ ਜੀ, ਯਾਰ ਕਰਨਾ ਪੈਂਦਾ ਹੈ। ਅੱਛਾ ਪਹਿਲਾ ਸਬਕ ਉਸਤਾਦ ਜੀ ਅਲੱਗ ਹੋ ਗਿਆ, ਸਾਡੇ ਉਸਤਾਦ ਕੋਲੋਂ ਪੁੱਛ। ਓਏ ਪੰਜਾਬ ਦਾ ਭਾਰ ਨਹੀਂ ਚੁੱਕਦਾ, ਇਹ ਆਪ ਸਿੰਧ ਵਾਲੇ ਪਾਸੇ ਜਾ ਕੇ ਚੁੱਕਦਾ ਹੀ। ਡਾਇਲੌਗ ਕਹੋ ਮੌਲਾ ਜੱਟ ਦਾ, ਆਏ ਮੌਲੇ ਨੂੰ ਭੁੱਖ ਨਾ ਮਾਰੇ ਤੇ ਮੌਲਾ ਨਹੀਂ ਮਰਦਾ। ਓਏ ਤੇਰਾ ਡਾਇਲੌਗ ਹੈਗਾ ਭੈਣ, ਤੁਹਾਡੇ ਤੇ ਸੂਟ ਕਰਦਾ ਵੇ। ਓਏ ਚੱਲੇ ਨੂੰ ਅੱਲਾ ਨਾ ਮਾਰੇ ਤੇ ਚੱਲਾ ਨਹੀਂ ਮਰ ਸਕਦਾ। ਓਏ ਲਓ ਜੀ, ਉਹਦੇ ਮਸ਼ਹੂਰੀਆਂ ਦੇ ਚੱਕਰਾਂ 'ਚ ਪਿਆ ਵੀ ਕਿ ਝੱਲਾ ਪਹਿਲੇ ਆ ਜੇ ਮੌਲਾ ਰਹਿ ਜੇ। ਚੱਲ ਇਹ ਕਹਿ ਦੇ, ਉਹ ਵੇ ਮੌਲਿਆ ਮੈਂ ਤੇਰੀ ਪੱਕੀ ਪੱਕੀ ਫਕੀਰ ਆ, ਉਹ ਮਸ਼ਹੂਰ ਮੌਲਿਆ ਮੈਂ ਤੇਰੀ ਪੱਕੀ ਪੱਕੀ ਫਕੀਰ ਆ। ਤੂੰ ਸੁਬਹ 7 ਵਜੇ ਆ ਜਾਣਾ, ਠੀਕ ਹੈ ਜਵਾਨ? ਆਹੋ ਇਹ ਸਿਚੁਏਸ਼ਨ ਹੈਗੀ, ਇਹ ਮਹਿਮਾਨ ਆਏ ਨੇ ਤੇ ਅਸੀਂ ਇਹਨਾਂ ਨੂੰ ਕਿਹਾ ਵੇ ਕਿ ਬੋਤਲਾਂ ਲਿਆਣੀਆਂ ਵੀ ਠੰਡੀਆਂ। ਇਹ ਕਿਸ ਤਰ੍ਹਾਂ ਕਹੋਗੇ ਕਿ ਮੈਂ ਬੋਤਲਾਂ ਲੈਣ ਚੱਲਾ ਵਾ, ਮਹਿਮਾਨ ਆਏ ਨੇ? ਫੇਲ ਆਇਆ ਇੱਕ, ਫੇਲ ਆਇਆ ਕਿਤੇ ਰੁਕ ਜਾਣੇ ਨੇ, ਆਉਂਦੇ ਹੀ ਰਹਿਣੇ ਨੇ। ਫਲਕ ਤੁਹਾਡੀ ਨੂੰ ਨੀ ਪਤਾ ਲੱਗਾ? ਓਏ ਮੇਰੇ ਉਸਤਾਦ ਦੀ ਦਹਿਸ਼ਤ ਤੋਂ ਤੂੰ ਨੀ ਵਾਕਫ ਹੋਏ? ਅੱਛਾ ਜੀ, ਕੱਲ ਨੂੰ ਸਵਾਲ ਅਸੀਂ ਕਰਕੇ ਜਾ ਰਹੇ ਹਾਂ, ਦੱਸ ਫੇਲ ਕੀ ਹੋਇਆ? ਉਧਰੋਂ ਰੇੜਾ ਆ ਰਿਹਾ। ਹਾਂਜੀ, ਉਸਤਾਦ ਨੇ ਨੀ ਦੇਖਿਆ ਰੇੜੇ ਵੱਲ? ਰੇੜੇ ਵਾਲਾ ਪੈਰ ਤੋਂ ਲਗਾ ਕੇ ਨਿਕਲ ਗਿਆ। ਫੇਰ 2 ਮਹੀਨੇ ਹੋਏ ਉਸਤਾਦ ਘਰ ਬੈਠਾ, ਉਹਨਾਂ ਰੇੜਾ ਉਧਰੋਂ ਲੰਘ ਰਿਹਾ ਨਾ, ਮੈਂ ਘਰੋਂ ਨਿਕਲ ਰਿਹਾ। ਇਹ ਦੁਸ਼ਮਣੀ ਇੱਥੋਂ ਪਾਈ ਦੀ ਹੈ, ਰੇੜਾ ਲਗਾ ਗਿਆ ਨਾ, ਹੁਣ 7 ਨਸਲਾਂ ਤੀਕਰ ਵੈਰ ਚੱਲਣਾ ਹੀ, ਜਿੰਨੀ ਦੇਰ ਮੈਂ ਉਹਦੇ ਪੈਰ ਤੋਂ ਨਹੀਂ ਨਿਧਾਵਾਂਗਾ ਗੱਲ ਨਹੀਂ ਮੁੱਕਣੀ। ਉਸਤਾਦ ਜੀ ਦੀ ਬਦਮਾਸ਼ੀ, ਜਦੋਂ ਰੇੜਾ ਹੀ ਉਹਨੇ ਪੈਰ ਤੋਂ ਨਿਗਾਤਾ ਵੇ ਤੇ ਹੋਰ ਪਿੱਛੇ ਕੀ ਰਹਿ ਗਿਆ ਗਿਆ? ਅੱਛਾ ਗੱਲ ਸੁਣ, 3 ਕੁ ਦਿਨ ਤੂੰ ਵਾਸ਼ਰੂਮ ਚ ਬੰਦ ਰਹਿ ਸਕਦਾ? ਇਕਦਮ ਰੇਟ ਪੈਣੀ ਹੈ ਤੇ ਫਿਰ ਲੁਕਣਾ ਤੇ ਹੈ, 7 ਦਿਨ ਰਿਕਾਰਡ ਹੈ ਤੇਰੇ ਭਰਾ ਦਾ। ਦੱਸ ਉਸਤਾਦ, ਤੇਰਾ 3 ਦਿਨ ਰਿਹਾ ਨੀ ਵਾਸ਼ਰੂਮ ਚ ਬੰਦ? ਅੰਦਰੋਂ ਕੁੰਡੀ ਲਾਈ ਸੀ ਸਾਜ? ਨਹੀਂ, ਬਾਹਰੋਂ ਬੁਲਾ ਗਿਆ ਸੀ। ਰਜ਼ਾਈਆਂ ਵਾਲੀ ਪੇਟੀ ਵੇਖੀ? ਆਹੋ, 1.5 ਮਹੀਨਾ ਰਿਹਾ ਸੀ ਉਹਦੇ ਚ, ਗੁਫਰੂਰੀ ਕੱਟੀ ਇਹਨੇ ਪੇਟੀ ਚ, ਕੁੰਜੀ ਆਪਣੀ ਉਹਨੇ ਚਲਾਈ ਇਹਨੇ। 1.5 ਮਹੀਨਾ 2 ਦਿਨ ਪਾਣੀ ਵਾਲੀ ਟੈਂਕੀ ਚ ਰਹਿ ਸਕਦਾ? ਸਾਜ ਕਦੇ ਰਿਜ਼ਰਵਾ ਨਹੀਂ ਕੀਤਾ, ਕੋਈ ਸਾਡਾ ਤੇ ਨਲਕਾ ਹੀ ਨਹੀਂ ਆਉਣਾ। ਐਸੀ ਤੁਸੀਂ ਕਹੋ ਕਿ ਮੈਂ ਕਰ ਲਵਾਂਗਾ, ਸਾਰਾ ਕੁਝ ਹੀ ਕਰ ਲਵਾਂਗਾ ਸਾਜ ਜੀ। ਚੱਲ ਤੁਸੀਂ ਇੱਕ ਵਾਰੀ ਆਪਣੇ ਜਿਹੜੀ ਹੈ ਨਾ, ਮੈਨੂੰ ਆਪਣੇ ਉਹਦੇ ਚ ਲੈ ਲਓ, ਕੀ ਕਹਿੰਦੇ ਹੋ? ਫਰਜ਼ੰਦੀ ਚ? ਹਾਂ ਜੀ, ਤੁਹਾਡੀ ਖੈਰ ਹੋ, ਦੰਦੀ ਚ ਕਹਿ ਦੋ, ਫਰਜ਼ੰਦੀ ਚ, ਫਰਜ਼ੰਦੀ ਚ, ਫਰਜ਼ੰਦੀ ਚ ਲੈ ਲਓ। ਤੂੰ ਫਨੀਅਰ ਦੀ ਜੱਫੀ ਚ ਆ। ਫਨੀਅਰ? ਮੈਂ ਕਹਿੰਦਾ ਇਹਨੂੰ ਟੈਂਕੀ ਚ ਬੰਦ ਕਰ ਦੋ, ਉਹ ਦੇਖਨੇ ਆ ਉਹਦੇ ਘਰ ਜਿਹੜਾ ਉਸਤਾਦ ਜੀ ਪਾਣੀ ਆਂਦਾ ਵੀ ਉਹਦੇ ਚ ਨਹੀਂ ਨਹਾਉਂਦਾ ਤੇ ਟੈਂਕੀ ਚ ਕਿੱਦਾਂ ਨਹਾਇਆ? ਆਪਣੀ ਉਹਨਾਂ ਨਹਾਤਾ ਹੈ।
ਫਨੀਅਰ ਨੇ ਵੀ ਮਖਰੂਰੀ ਕੱਟੀ ਟੈਂਕੀ ਚ ਰਿਹਾ ਤਿੰਨ ਦਿਨ ਪਾਣੀ ਵਾਲੀ ਨਹੀਂ ਮੁਪਲੈਲ ਵਾਲੀ ਉਹ ਪਾਣੀ ਵਾਲੀ ਚ ਹੀ ਰਹਿਣਾ ਹੋਰ ਕਿੱਥੇ ਰਹਿਣਾ ਇਹ ਫਿਰ ਜਦੋਂ ਪੁਲਸਾਂ ਚੜ੍ਹਦੀਆਂ ਨਾ ਤੇ ਫਿਰ ਨਾ ਰੋਟੀ ਵੇਖੀ ਦੀ ਨਾ ਧੁੱਪ ਵੇਖੀ ਦੀ ਨਾ ਛਾਂ ਵੇਖੀ ਦੀ ਬਦਮਾਸ਼ੀ ਖੁਦ ਇੱਕ ਸਬਕ ਹੈ ਅਗਰ ਇਨਸਾਨ ਇਹਦੇ ਤੋਂ ਕੁਛ ਸਿੱਖੇ ਤੂੰ ਜਾਂਦੇ ਆ ਬਸ ਕਿਸੇ ਨੂੰ ਖਿਲਾਰ ਕੇ ਕਹਿਣਾ ਓਏ ਐਡਾ ਜੇ ਪਿਓ ਦਾ ਪੁੱਤਰ ਹੈ ਤੇ ਮੈਨੂੰ ਮਾਰ ਚਪੇੜ ਜਾ ਕਹਿ ਗਿਆ ਬਾਬਾ ਬਲਕਿ ਖਾ ਗਿਆ ਤੂੰ ਬਾਬਾ ਉੱਠ ਤੈਨੂੰ ਕਹਿ ਕੀ ਕਹਿਣਾ ਓਏ ਐਡਾ ਹੀ ਬਦਮਾਸ਼ ਹੈ ਤੇ ਮੈਨੂੰ ਮਾਰ ਚਪੇੜ ਓਏ ਓਏ ਜੇ ਐਡਾ ਹੀ ਬਦਮਾਸ਼ ਹੈ ਤੇ ਮੈਨੂੰ ਮਾਰ ਚਪੇੜ ਓਏ ਹਲੋ ਇਹ ਪਹਿਲੀ ਬਦਮਾਸ਼ੀ ਹੋ ਗਈ ਬਸ ਠੀਕ ਹੈ ਓਕੇ ਹਾਂ ਜੀ ਖੈਰ ਹੋਵੇ ਮੁਬਾਰਕ ਹੋਵੇ ਹੋ ਗਏ ਪੱਕੇ ਹੋ ਗਏ ਤੁਸੀਂ ਤਾਂ ਦੱਸੋ ਬਾਕੀ ਸਾਹ ਜੀ ਗੱਲ ਲਾਲ ਕੋਈ ਹੋ ਗਈ ਜੀ ਲਓ ਜੀ ਫਿਰ ਮੇਸੇ ਮੇਰੇ ਇੱਕ ਚਾਹੇ ਗੋਲਡਨ ਸੇਬ ਹੋ ਗਿਆ ਚਪੇੜ ਬਦਮਾਸ਼ੀ ਤੁਹਾਨੂੰ ਮੁਬਾਰਕ ਹੋਵੇ ਭੈਣ ਲਓ ਜੀ ਸਾਰੀ ਜ਼ਿੰਦਗੀ ਚਪੇੜਾ ਖਾਂਦੇ ਜਾਓ ਸਾਡੀਆਂ ਦੁਆਵਾਂ ਤੁਹਾਡੇ ਨਾਲ ਚਪੇੜਾ ਨਾਲ ਨਹੀਂ ਆਉਂਦੀਆਂ ਠੁੱਡਿਆਂ ਨਾਲ ਆਉਂਦੀਆਂ ਦਸ ਬਾਬਾ ਸੁਬਹਾ ਲੈ ਕੇ ਅੱਛਾ ਜੀ ਅਸੀਂ ਸ਼ਗਿਰਦੀ ਕਰਾਉਣੀ ਹੈ ਬਿਲਕੁਲ ਸਵਾ ਕਿਲੋ ਕਾਲੇ ਚਨੇ ਚਨੇ ਰਹਿਣ ਦੇ ਇੱਥੇ ਵੀ ਪਈ ਮਿਲ ਜਾਣਗੇ ਕੋਈ ਹੋਰ ਚੀਜ਼ ਕਰ ਲੈ ਉਲਾਲੇ ਕਰ ਲੈ ਡੇਢ ਹਾ ਚਿੱਟਾ ਕਪੜਾ ਤੇ ਵਿੱਚ ਫੁੱਲੀਆਂ ਪਾ ਲਾ ਲਿੱਠੀਆਂ ਹਾਰ ਨਾ ਪਾ ਲਵਾਂ ਗੁਲਾਬ ਤੇ ਨਾਲ ਆਪਣਾ ਮੁਸ਼ਕਪੂਰ ਤੇ ਨੌ ਗਦ ਲੱਠਾ ਲੈ ਕੇ ਤੇ ਇਹਦਾ ਇਹ ਬਦਮਾਸ਼ੀ ਚਾਹੇ ਸਾਜੀ ਅੱਲਾ ਦੀ ਮਿਹਰਬਾਨੀ ਸਭ ਕੁਝ ਆਏਗਾ ਬਸ ਤੁਸੀਂ ਲਾਸ਼ ਤਿਆਰ ਰੱਖ ਨੌ ਗਦ ਵਾਲੇ ਤੇ ਉਹਨੂੰ ਤੇ ਢਾਈ ਗਦ ਨਾ ਸਰ ਜਾਣਾ ਵੀ ਉਹਦਾ ਅੱਗੋਂ ਉਹਦੀ ਫੈਮਿਲੀ ਮੁੱਕ ਗਈ